बिस्मिल्लाहिर्रहमानिर्रहीम। अस्सलाम वालेकुम जी, सारे दोस्तों की हाल चाल ने? सब दोस्त सारा ठीक ठाक खैर खरीयत दे नाल। सारे दोस्त उम्मीद है कि अल्लाह की मेहरबानी नाल सारे खुशबाश होंगे और अपने घर दे विच इस लॉकडाउन के दौरान अपने घर दे विच जिहड़ा ना वो टाइम गुजार रहे होंगे और सब उम्मीद है अल्लाह के घर सब फिट फाट होंगे माशाल्लाह। दोस्तों के जिहड़े परसनल दोस्त ने जिन्हां दे नंबर मेरे कोल सेफ ने उन्हां दा अक्सर औकात मैसेज आए ने और कॉलिंग भी और सारे दोस्त के जैन भाई तुसी लाइव शौक नहीं कराया बाद अज दो तीन दिन उत्ते हो गए ते जी दोस्तों लाइव तो हर जरूर कराईदा लेकिन वह कुछ विच परपज ऐड कर ली दी कि किस वजह तो लाइव हो रहे ते अज सारे दोस्त नाल सारे कहिंदे सी बार बार शौक कराओ शौक कराओ। चलो ते उम्मीद करांगे कि तुहानूं पसंद भी आणगे। पहले तो कोई बाहर आप ही खड़े ने कबूतर तुम इन्हों का शौक करा दिए बजाय कि पहले फड़ के तुम कोई दिखाइए। डैडी कबूतर देखो कैसा डैडी कबूतर का शौक करो पहले जरा खड़ा बार नहीं भाई जरा बंद करके ना कबूतर बार कटे आ पीली कड़ी वाला डैडी जरा अंदर दरवाजा बंद कर दो अच्छी वाइट कड़ी वाला। हाँ जी हाँ जी आई है जी मिशे कबूतर ने अपने इस कबूतर का नाम सुनियारा छोड़ दो जी। डैडी कबूतर देखो कैसा दरवाजा बंद करना जी भैया वाला जी। जीजू शाह साहब मैं माजर चाहना जी तुहानू सलाम का जवाब नहीं दे सकिया। मैं तो सर स्टार्ट तो कह देना जितने दोस्त सलाम कह रहे सब नू वालेकुम सलाम अदनान भाई यारा नाल बारा हाजी मुबशर भाई सर किस वेले मिस्टेक भी हो जाती एडी पाबंदी दे नाल सलाम का जवाब जड़ा ना नज़र पै जाए तो सब दे दीते हैं। अजान बारा शुरू हो गई हूँ खामोश रहना पैना है नहीं भाई। फड़ो जरा शौक कबूतर मैं अंदरों लैके इन्होंने फिर बंद कर दीजिए अंदर वो ला दो कोई ट्री ला दो के ताकि अंदर ना जाए तो हाउस में लो जी यार मिशी कबूतरी है तन जोड़ा लगा दिखा लगे अगर किसी दोस्त नु कोई गल बुरी लगे तो वह मेहर मिशी कबूतरी है। देखो जी ये बीमार हो गई सी खाने के लगी सी कावक दे ते इन थोड़ा जहा मसला बन गया लत्तां तो रह गई अलहमदुल्ला इन्हूं इंजेक्शन दिते ने दो एक पूरी पैरा दे फिट हो गई मैं तुम्हें
ਨਾਲ ਪਖਾਨਾ ਜਿਹੜਾ ਨਾਲ ਵੀ ਲੱਗਾ ਹੋਇਆ ਲੋ ਜੀ ਆ ਚੂਹਾ ਕਬੂਤਰ ਲੱਗਾ ਇਸ ਮਿਸੀ ਕਬੂਤਰੀ ਦੇ ਨਾਲ ਕ੍ਰੋਸ ਪੇਅਰ ਲੱਗਾ ਇਹਦਾ ਪਰ ਤੁਹਾਨੂੰ ਇਨਸ਼ਾ ਅੱਲਾ ਪਸੰਦ ਆਏਗਾ ਛੱਡ ਕੇ ਵੀ ਕੰਮ ਜੋੜਾ ਲੱਗ ਉਹਨਾਂ ਦਾ ਕਸੂਰ ਕੋਈ ਨਹੀਂ ਦਾਣੇ ਦਾ ਟਾਈਮ ਹੈ ਨਾ ਦਰਅਸਲ ਸਾਰੇ ਬਾਹਰ ਆ ਰਹੇ ਕੋਈ ਲਓ ਜੀ ਕਬੂਤਰ ਦੇਖੋ ਭਾਈ ਜੀ ਕ੍ਰੋਸ ਪੇਅਰ ਲਗਾਇਆ ਹੋਇਆ ਅਸਲ ਕਬੂਤਰ ਚੂਹਾ ਅਤੇ ਅਸਲ ਕਬੂਤਰ ਜਿਹੜੀ ਮਿਸੀ ਉਹ ਲਾ ਕੇ ਇਹ ਬੱਚਾ ਜਿਹੜਾ ਨਾ ਦੋ ਬੱਚੇ ਇਹਨਾਂ ਨੇ ਕੱਢੇ ਹੋਏ ਮਾਸ਼ਾਅੱਲਾ ਲਓ ਜੀ ਇੱਕ ਹੋਰ ਕਬੂਤਰ ਦਾ ਸ਼ੌਕ ਕਰੋ ਟੈਡੀ ਕਬੂਤਰ ਦਾ ਬਹੁਤ ਅੱਛਾ ਕਬੂਤਰ ਹੈ ਭਾਈ ਜਾਨ ਇਹਨਾਂ ਅੱਖਾਂ ਦੇ ਕਬੂਤਰ ਉੱਡਦੇ ਵੀ ਨੇ ਅੱਗੇ ਬੱਚੇ ਵੀ ਉਡਾਉਂਦੇ ਨੇ ਬਸ ਬਸ ਰੋਕ ਕੇ ਰੱਖਾਂਗੇ ਥੋੜ੍ਹਾ ਜਿਹਾ ਕਲੋਜ਼ ਕਰ ਇੱਥੇ ਹੋਰ ਕਲੋਜ਼ ਕਰਿਓ ਬਸ ਇੱਥੇ ਰੋਕ ਕੇ ਲੋ ਸਰ ਕੁੰਦਾ ਵੀ ਦੇਖੋ ਡਿਵਾਈਸ ਬੰਦ ਤਾਂ ਨਹੀਂ ਹੋ ਗਈ ਨਹੀਂ ਨਹੀਂ ਚੱਲਦੀ ਪਈ ਡਿਵਾਈਸ ਇਹਦੇ ਨਾਲ ਜਿਹੜੀ ਮਾਦੀ ਲੱਗੀ ਉਹ ਵੀ ਤੁਹਾਨੂੰ ਮੈਂ ਉਹਦਾ ਵੀ ਸ਼ੌਕ ਕਰਾਉਣਾ ਦੇਖੋ ਜ਼ਰਾ ਤੁਸੀਂ ਕਬੂਤਰ ਪਹਿਲੇ ਜੀ ਆਹ ਚੀਨੀ ਕਬੂਤਰੀ ਲੱਗੀ ਇਹਦੇ ਨਾਲ ਅਸਲ ਇਹਦੀ ਅੱਖ ਦਾ ਸਾਈਜ਼ ਵੀ ਦੇਖੋ ਕੈਸਾ ਇਹ ਜੋੜਾ ਲਾਇਆ ਹੋਇਆ ਉਹ ਕਬੂਤਰ ਅਤੇ ਇਹ ਵਾਲੀ ਮਾਦੀ ਦੇਖੋ ਕੈਸਾ ਜੋੜਾ ਲੱਗਿਆ ਮਾਸ਼ਾਅੱਲਾ ਛੁਰੀਆਂ ਲੱਗੀਆਂ ਹੋਈਆਂ ਹੁੰਦੇ ਹਨ ਇਹ ਜੋੜਾ ਹਨੇਰੀ ਵਾਲਾ ਕਲੋਜ਼ ਕਰਕੇ ਦਿਖਾਉਂਦਾ ਇਹ ਜੋੜਾ ਲੱਗਾ ਹੋਇਆ ਇਹ ਕਬੂਤਰ ਨੂੰ ਅੰਦਰ ਜਾਣ ਦੇ ਇਹ ਜੋੜਾ ਲੱਗਾ ਹੋਇਆ ਭਾਈ ਇਹ ਵਾਲੀ ਮਾਦੀ ਲੱਗੀ ਇਹ ਵਾਲਾ ਕਬੂਤਰ ਲੱਗਾ ਹੋਇਆ ਤੁਸੀਂ ਦੇਖੋ ਕਿ ਇਹਨੂੰ ਅਸੀਂ ਸਾਈਜ਼ ਨੂੰ ਵੀ ਬੜਾ ਮੇਨਟੇਨ ਕੀਤਾ ਹੋਇਆ ਕਲਰ ਨੂੰ ਵੀ ਪੂਰਾ ਕ੍ਰੋਸ ਕੀਤਾ ਹੋਇਆ ਜੀ ਦੋਸਤ ਮਜ਼ਾ ਆਇਆ ਜੀ ਦੇਖ ਕੇ ਕਬੂਤਰ ਨਦੀਮ ਰੁਪਾਨੀ ਭਾਈ ਬਹੁਤ ਸ਼ੁਕਰੀਆ ਤੁਹਾਡਾ ਇਹ ਦੇਖੋ ਕਬੂਤਰੀ ਕੈਸੀ ਹੈ ਇਹਨਾਂ ਕ੍ਰੋਸ 'ਚ ਹੀ ਸਾਰੇ ਪੇਅਰ ਲਗਾਏ ਨੇ ਅਸੀਂ
ਇੱਕ ਬੂਟੇ ਬੱਚੇ ਸਲਾਰੇ ਕੱਢਦਾ ਇੱਕ ਬੂਟੇ ਨਹੀਂ ਭਾਈਆ ਥੋੜ੍ਹਾ ਥੋੜ੍ਹਾ ਇੱਕ ਅੱਧਾ ਹੋਰ ਦਿਖਾ ਦਿੱਤਾ ਇਹ ਦਿਖਾ ਦਿਓ ਜੀ ਦਾ ਬੱਚਾ ਵੜਦੇ ਆ ਸਾਰ ਪਹਿਲਾਂ ਹੀ ਉੱਤੇ ਜਿਹੜਾ ਹਾਜੀ ਯੂਸਫ ਸਾਹਿਬ ਕੋਲੋਂ ਲਿਆ ਸੀ ਤੇ ਕਬੂਤਰ ਉਹ ਲੋ ਜੀ ਇਹ ਕਬੂਤਰ ਉਸਤਾਦ ਹਾਜੀ ਯੂਸਫ ਫਰੋਮ ਕਰਾਚੀ ਉਹਨਾਂ ਦੇ ਕੋਲੋਂ ਦੋ ਕਬੂਤਰ ਜਿਹੜੇ ਸੀ ਨਾ ਮੈਨੂੰ ਮਿਲੇ ਸੀ ਮਾਸ਼ਾਅੱਲਾ ਗਿਫਟ ਹਾਜੀ ਸਾਹਿਬ ਨੇ ਬੜੀ ਮੁਹੱਬਤ ਕੀਤੀ ਸੀ ਅਸਲ ਕਬੂਤਰ ਨੇ ਉੱਥੇ ਉਹਨਾਂ ਦੇ ਕੋਲ ਬੜੀਆਂ ਇਹਨਾਂ ਦੀਆਂ ਪਰਵਾਜ਼ਾਂ ਨੇ ਦੇਖਣ ਦੇ ਵਿੱਚ ਤੁਹਾਨੂੰ ਇਹਨਾਂ ਦੀਆਂ ਰੰਗਤਾਂ ਇਹਨਾਂ ਦੀਆਂ ਚੁੰਝਾਂ ਸ਼ਾਇਦ ਨਾ ਪਸੰਦ ਆਉਣ ਲੇਕਿਨ ਇਹ ਕਬੂਤਰਾਂ ਨੂੰ ਇਸ ਲਈ ਮੈਂ ਰੱਖਿਆ ਵੀ ਔਰ ਇਹਨਾਂ ਨੂੰ ਲਾਉਣ ਵੀ ਇਸ ਲਈ ਡਿਆਂ ਜ਼ਰਾ ਇਹਨਾਂ ਦਾ ਰਿਜ਼ਲਟ ਜਿਹੜਾ ਨਾ ਉਹ ਲਵਾਂਗਾ ਹਾਜੀ ਸਾਹਿਬ ਤਾਂ ਚੈਂਪੀਅਨ ਬੰਦੇ ਨੇ ਔਰ ਹਾਜੀ ਸਾਹਿਬ ਦੇ ਬੜੇ ਪੁਰਾਣੇ ਕਬੂਤਰ ਨੇ ਹਾਜੀ ਸਾਹਿਬ ਕਿਸੇ ਬੰਦੇ ਨੂੰ ਉੱਥੇ ਦਿੰਦੇ ਵੀ ਨਹੀਂ ਇਹ ਉਹਨਾਂ ਨੇ ਸਾਨੂੰ ਦਿੱਤਾ ਸੀ ਕਬੂਤਰ ਦੇਖੋ ਕਿਤਨਾ ਹਸੀਨ ਕਬੂਤਰ ਆ ਮਾਸ਼ਾਅੱਲਾ ਮੇਰੇ ਕੋਲ ਇੱਕ ਬਹੁਤ ਮੇਰਾ ਪੁਰਾਣਾ ਕਬੂਤਰ ਹੈ ਜੀ ਬੜੇ ਅੱਛੇ ਬੱਚੇ ਉਡਾਉਂਦਾ ਹੈ ਕਬੂਤਰ ਦੇਖੋ ਇਹਦਾ ਮਾਸ਼ਾਅੱਲਾ ਮਾਸ਼ਾਅੱਲਾ ਇਹਦਾ ਪਾਰਕ ਹੁੰਦਾ ਕਿਸੇ ਘੱਟ ਕਬੂਤਰਾਂ ਨੂੰ ਇੱਦਾਂ ਦੇ ਇੰਨੇ ਕਪੈਸਿਟੀ ਵਾਲੇ ਪਰ ਮਿਲਦੇ ਨੇ ਦੇਖੋ ਜਿੰਨੇ ਤੁਹਾਨੂੰ ਨਜ਼ਰ ਆਉਣਗੇ ਕਿਸਾ ਚੜਾ ਹੈ ਪਰਾਂ ਦਾ ਆਖਰਲੇ ਤਿੰਨ ਪਰ ਦੇਖੋ ਹਫਲਾ ਤੇ ਦਾਣੇ ਦਾ ਟਾਈਮ ਆ ਦਾਣਾ ਹੁਣ ਤੁਸੀਂ ਪਾ ਲਓ ਖੈਰ ਜਿਹੜੇ ਬੱਚੇ ਬੁੱਚੇ ਜਿਹੜੇ ਹਾਂ ਤੁਸੀਂ ਪਹਿਲਾਂ ਫਿਰ ਇੱਥੇ ਦਾਣਾ ਪਾਓ ਇਹਨਾਂ ਨੂੰ ਪਹਿਲੇ ਫਿਰ ਬੱਚੇ ਬਦਲਦੇ ਆ ਦੂਜੀ ਸਾਈਡ ਤੇ ਕਰਦੇ ਲਓ ਜੀ ਇਹ ਛਾਪਰ ਵਗੈਰਾ ਉਤਾਰ ਦਿੱਤੇ ਨੇ ਸਾਰਿਆਂ ਦੇ ਜਿਹਦੇ ਜਿੱਧਰ ਲੱਗੇ ਸੀ ਛਾਪਰ ਅੱਗੇ ਇੱਥੇ ਛਾਪਰ ਲੱਗੇ ਸੀ ਨਾ ਸਰਦੀ ਤੋਂ ਬਚਾਓ ਲਈ ਹੁਣ ਇਹ ਛਾਪਰ ਜਿਹੜੇ ਨੇ ਉਹ ਸਾਰੇ ਦੇ ਸਾਰੇ ਉਤਾਰ ਦਿੱਤੇ ਨੇ ਕੁਛ ਨਵਾਂ ਬਰੀਡਿੰਗ ਸੈਟਅਪ ਵੀ ਜਿਹੜਾ ਨਾ ਨਵਾਂ ਬਰੀਡਿੰਗ ਸੈਟਅਪ ਵੀ ਜਿਹੜਾ ਉਹ ਵੀ ਤਿਆਰੀ ਬਸ ਸ਼ੁਰੂ ਹੈ ਥੋੜ੍ਹਾ ਜਿਹਾ ਮਾਮਲਾ ਸਹੀ ਹੁੰਦਾ ਅਤੇ ਇਸਦੇ ਨਾਲ ਨਾਲ ਤੁਹਾਨੂੰ ਕਬੂਤਰਾਂ ਦਾ ਹੋਰਾਂ ਦਾ ਵੀ ਸ਼ੌਕ ਵੀ ਨਾਲ ਨਾਲ ਮਿਲਦਾ ਰਹੇਗਾ ਤਕਰੀਬਨ 100 ਜੋੜਾ ਹੋਰ ਜਿਹੜਾ ਨਾ ਉਹ ਐਡ ਕਰ ਰਹੇ ਹਾਂ ਅਤੇ ਇਹ ਦੇਖੋ ਤੁਹਾਨੂੰ ਇੱਕ ਜੋੜੇ ਦਾ ਸ਼ੌਕ ਕਰਾਂ ਕ੍ਰੋਸ ਪੇਅਰ ਹੈ ਵਿੱਚ ਵਿੱਚ ਨਿਕਲਦੇ ਪਏ ਨੇ ਮਾਸ਼ਾਅੱਲਾ ਥੋੜ੍ਹਾ ਜਿਹਾ ਵਿੱਚ ਰੈਸਟ ਵੀ ਦੇ ਰਹੇ ਹਾਂ ਜੋੜਿਆਂ ਨੂੰ ਇਹ ਬੱਚੇ ਦੇਖੋ
ਇਸੇ ਤਰ੍ਹਾਂ ਹੀ ਹੈ ਵੀ ਜੋੜਾ 22 ਨੰਬਰ ਲੱਗਾ ਹੋਇਆ ਪਿਓਰ ਜੋੜਾ ਲਾਇਆ ਬਹੁਤ ਆਲਾ ਕਬੂਤਰੀ ਹੈ 72 ਨੰਬਰ ਇਹ ਕਬੂਤਰ ਲੱਗਾ ਇਹ ਬੱਚੇ ਨੇ ਦੋ ਇਹਦੇ ਇਹ ਮੋਸਟ ਫੇਵਰੇਟ 23 ਨੰਬਰ ਜੋੜਾ ਬਹੁਤ ਦਫ਼ਾ ਇਹਦਾ ਤੁਹਾਨੂੰ ਸ਼ੌਕ ਕਰਾਇਆ ਇਹ ਵੀ 24 ਨੰਬਰ ਜੋੜਾ ਮੇਰਾ ਮਾਦੀ ਨੂੰ ਰੈਸਟ ਦੇ ਦਿੱਤੀ ਹੈ ਅਤੇ ਬੱਚੇ ਮਾਸ਼ਾਅੱਲਾ ਹੁਣ ਨਾਲ ਰੈਡੀ ਹੋ ਗਏ ਨੇ ਇਹਦੇ ਨਾਲ ਕਮੱਗਰ ਮਾਦਾ ਲੱਗੀ ਇਹ ਬੱਚੇ ਟੈਡੀ ਕਬੂਤਰ ਲੱਗਾ ਇਹ ਹੁਣ ਨਰ ਬੱਚੇ ਪਾਲਦਾ ਪਿਆ ਦੇਖੋ ਇਹਨਾਂ ਦੀਆਂ ਸ਼ਕਲਾਂ ਮਤਲਬ ਅਸਲ ਕਮੱਗਰ ਕਬੂਤਰੀ ਸੀ ਇਹਨਾਂ ਦੀ ਮਾਂ ਅਠਾਈਸ ਨੰਬਰ ਹੈ ਪਿਓਰ ਜੋੜਾ ਲੱਗਾ ਹੋਇਆ ਉਹ ਦੋ ਬੱਚੇ ਨੇ ਇਹ ਲਾਲ ਅੱਖਾਂ ਦੀ ਅਸਲ ਕਮੱਗਰ ਕਬੂਤਰੀ ਹੈ ਮੀਆਂ ਨਜ਼ੀਰ ਬਲੱਡ ਲਾਈਨ ਇਹ ਨਾਲ ਲਾਲ ਪਰੀ ਕਬੂਤਰ ਲੱਗਾ ਵੱਡਾ ਇਰਫਾਨ ਸ਼ਾਹ ਸਾਹਿਬ ਕੀ ਹਾਲ ਜੇ ਠੀਕ ਹੋ ਰਾਜ਼ੀ ਹੋ ਖੈਰ ਖਰੀਏ ਅਤੇ ਇਹ 20 ਨੰਬਰ ਹੈ ਬੱਚੇ ਦੇਖੋ 20 ਨੰਬਰ ਇਹ ਮਾਤੀ ਹੈ ਲਾਲ ਪਰੀ ਬਹੁਤ ਅੱਛੀ ਮਾਤੀ ਅਤੇ ਇਹ ਨਾਲ ਟੈਡੀ ਨਰ ਲੱਗਾ ਹੋਇਆ ਇਹ ਬੱਚੇ ਦੋਨੋਂ ਇਹਦੇ ਇੱਕ ਜੋੜਾ ਲਾਇਆ ਜੀ ਫਿਊਚਰ ਦੇ ਵਿੱਚ ਹੁਣ ਸਾਰੀ ਨਸਲ ਟੈਡੀ ਕਬੂਤਰਾਂ ਦੀ ਨਾ ਇੰਝ ਬਣਾਉਣੀ ਹੈ ਇਸ ਕਬੂਤਰ ਦੀ ਹੋਰ ਵੀ ਕਬੂਤਰ ਆਪਣੇ ਕੋਲ ਆਏ ਨੇ ਇਸ ਕਬੂਤਰ ਦੀ ਜਿਹੜੀ ਹੈ ਨਾ ਇਨਸ਼ਾਅੱਲਾ ਹੁਣ ਬਰੀਡ ਅੱਗੇ ਚਲਾ ਰਹੇ ਹਾਂ ਇਹਨਾਂ ਦੇ ਬਹੁਤ ਮੇਰੇ ਕੋਲ ਅੱਛੇ ਰਿਜ਼ਲਟ ਆਏ ਨੇ ਇਹ ਕਬੂਤਰ ਅਸਲ ਜਿਹੜਾ ਨਾ 72 ਨੰਬਰ 41 ਨੰਬਰ ਇਹ ਅਸਲ 41 ਨੰਬਰ ਕਬੂਤਰ ਹੈ ਚੌਧਰੀ ਬਲੱਡ ਲਾਈਨ ਐਸਾ ਮੂੰਹ ਇਸ ਤਰ੍ਹਾਂ ਦਾ ਸਿਰ ਕਾਂਟੇ ਅੱਖਾਂ ਦੇ ਇਹ ਰਿੰਗ ਬਹੁਤ ਘੱਟ ਕਬੂਤਰਾਂ ਦੇ ਵਿੱਚ ਨੇ ਤੁਹਾਨੂੰ ਸ਼ੇਪ ਵੀ ਦਿਖਾਉਂਦੇ ਹਾਂ ਇਹਦੀ ਸਾਈਜ਼ 'ਚ ਇਹ ਨਾਲ ਵੱਡੀ ਮਾਤੀ ਲੱਗੀ ਹੋਈ ਉਹ ਤੁਹਾਨੂੰ ਦਿਖਾਉਂਦਾ ਮੇਰੇ ਖਿਆਲ ਨਾਲ ਅਤੇ ਹੁਣ ਵੈਸੇ ਦਾਣਾ ਖਾ ਰਹੇ ਆ ਕਬੂਤਰ ਸਾਰੇ ਇਹ 16 ਨੰਬਰ ਜੋੜਾ ਵੀ ਲਾਲ ਪਰੀ ਕਬੂਤਰ ਨਾਲ ਟੈਡੀ ਮਾਤੀ ਲੱਗੀ ਹੋਈ ਹੈ ਬੱਚੇ ਦੇਖੋ ਕੈਸੇ ਪਲ ਰਹੇ ਇਹ ਵਾਲੀ ਮਾਤੀ ਬੱਚਿਆਂ ਦੇ ਮੂੰਹ ਦੇਖੋ ਕੈਸੇ ਨੇ ਬਰੀਕ ਨੇ ਔਰ ਮੋਹਰਾ ਕਿਤਨਾ ਅੱਛਾ ਲੱਤਾਂ ਦੇਖ ਲਓ ਕਲਰ ਦੇਖੋ ਛੋਟੇ ਛੋਟੇ ਬੱਚਿਆਂ ਤੋਂ ਅੰਦਾਜ਼ਾ ਆ ਜਾਂਦਾ ਇਹਨਾਂ ਦੀਆਂ ਲੱਤਾਂ ਦੇਖੋ ਤੁਸੀਂ ਇਹ ਦੇਖੋ ਇਹਦੀ ਵੀ ਦੇਖੋ ਲੱਤਾਂ ਇਹ ਬਾਪ ਦੀ ਵਜ੍ਹਾ ਤੋਂ ਨੇ ਇਹ ਸਾਰੀਆਂ ਇਹ ਤੁਹਾਨੂੰ ਹੋਰ ਦਿਖਾਉਂਦੇ ਹਾਂ ਇਹ 12 ਨੰਬਰ ਹੈ 12 ਨੰਬਰ ਦੇ ਬੱਚੇ ਉਹਨਾਂ ਨੇ ਕੱਢ ਲਏ ਨੇ ਉੱਤੇ ਇਹ 11 ਨੰਬਰ ਜੋੜਾ ਹੈ ਅਸਲ ਵੱਡੀ ਕਬੂਤਰੀ ਹੈ ਕਮੱਗਰ ਤਸਵੀਰ ਵਾਲਿਆਂ ਦੇ ਵਿੱਚ ਕਬੂਤਰੀ ਹੈ ਵੱਡੀ ਮੇਰੀ ਵੱਡੀ ਬਰੀਡਰ ਕਬੂਤਰੀ ਹੈ ਇਹ ਤਾਂ ਮੈਂ ਬੱਚਾ ਰੋਕ ਵੀ ਲੈਂਦਾ ਵੈਸੇ ਜਿਹੜਾ ਇਹਨਾਂ ਜੋੜੇ 'ਚ ਦਿਲ ਕਰੇ ਇਹ ਨਾਲ ਇਹਨਾਂ ਦੇ ਕਬੂਤਰ ਲੱਗਾ ਹੋਇਆ 10 ਨੰਬਰ ਕਬੂਤਰ ਦੇਖੋ ਕੈਸਾ ਹੈ ਜੀ ਕਬੂਤਰ ਦਾ ਸਾਈਜ਼ ਕਬੂਤਰ ਦਾ ਕਲਰ ਕਬੂਤਰ ਦੀ ਛਾਤੀ ਉਹਦਾ ਸਿਰ ਮੇਰਾ ਵੱਡਾ 10 ਨੰਬਰ ਕਬੂਤਰ ਹੈ ਇਹ ਜੋੜੇ ਦੇ ਬੱਚੇ ਮੈਂ ਵੈਸੇ ਇੰਝ ਵੀ ਰੋਕ ਵੀ ਲੈਂਦਾ ਜਿਹੜਾ ਮਰਜ਼ੀ
ਚੌਧਰੀ ਮੁਸਤਫਾ ਸਾਹਿਬ ਵੀ ਦੇਖ ਰਹੇ ਜੀ ਮਾਸ਼ਾਅੱਲਾ। 7 ਨੰਬਰ ਜੋੜਾ ਹੈ ਜੀ, ਫਿਲਹਾਲ ਪਰ ਹੀ ਕਬੂਤਰ ਹੈ। ਪਿਓਰ ਬੱਚੇ ਜਾਣਗੇ ਬਰੀਡਿੰਗ ਵਾਸਤੇ, ਇੱਕ ਦੋਸਤ ਨੇ ਸਾਡੇ ਬੜੇ ਮੋਹਤਰਮ, ਅਤੇ ਉਹਨਾਂ ਕੋਲ ਜਾਣਗੇ ਇਨਸ਼ਾਅੱਲਾ। ਇਹ ਮੇਰਾ 8 ਨੰਬਰ ਕਬੂਤਰ, ਵੱਡਾ ਕਬੂਤਰ ਹੈ, ਮਾਮਦੀਨ ਕਬੂਤਰ ਹੈ, ਅਤੇ ਇਹਦੇ ਨਾਲ 10 ਨੰਬਰ ਟੈਡੀ ਕਬੂਤਰੀ ਲਾ ਕੇ ਅਤੇ ਇਹ ਬੱਚਾ ਨਿਕਲਿਆ। ਪਿਓਰ ਜੋੜਾ ਲਾਇਆ, ਕੀ ਆਊਗਾ ਬੇਟਾ? ਉਹ ਜੀ ਹੈ ਹਨੇਰੀ ਜੀ ਵੀ ਆ ਗਈ ਹੈ, ਬੱਦਲ ਵੀ ਨੇ, ਆ ਦੇਖੋ ਛੱਪ ਹਨੀ ਫੜ ਲਓ ਬੱਚਾ। ਛਾਪਰ ਲਾਏ, ਅੱਜ ਮੌਸਮ ਖਰਾਬ ਹੋ ਗਿਆ। ਕਾਫੀ ਦੋਸਤਾਂ ਦੇ ਪੈਸੇ ਵੀ ਆਏ ਨੇ ਜੀ, ਕਾਫੀ ਦੋਸਤਾਂ ਦੇ, ਇੱਕ ਦੇ ਨਹੀਂ। ਅਤੇ ਇਹ ਲੋਕਡਾਊਨ ਦੀ ਵਜ੍ਹਾ ਤੋਂ ਹਰ ਚੀਜ਼ ਰੁਕੀ ਹੋਈ ਹੈ, ਅਤੇ ਇਨਸ਼ਾਅੱਲਾ ਤਾਲਾ ਬੱਚੇ ਤਿਆਰ ਨੇ, ਜਿਹੜੇ ਜਿਹੜੇ ਦੋਸਤਾਂ ਦੀ ਅਮਾਨਤ ਪਈ ਇਨਸ਼ਾਅੱਲਾ ਉਹਨਾਂ ਨੂੰ ਪਹੁੰਚਾਉਣੀ ਹੈ। ਇਹ ਕਬੂਤਰੀ ਲੱਗੀ ਹੈ, ਰਾਣਾ ਇਮਰਾਨ ਸਾਹਿਬ DHA ਵਾਲੇ, ਉਹਨਾਂ ਨੇ ਮੈਨੂੰ ਦਿੱਤੀ ਸੀ ਇਹ ਸ਼ਾਮ ਤੀਕਰ, ਉਹਨਾਂ ਦੇ ਆਪ ਉੱਡੀ ਹੋਈ ਕਬੂਤਰੀ। ਇਹ ਬੱਚਾ ਇਹਦਾ, ਇਹਦੇ ਨਾਲ ਸਲਾਰਾ ਕਬੂਤਰ ਲੱਗਾ। ਬੱਚਾ ਕੈਸਾ ਹੈ ਜੀ ਦੋਸਤੋ, ਕੋਈ ਜ਼ਰਾ ਕਮੈਂਟਸ ਕਰਨਾ। ਹਵਾ ਫੁੱਲ ਜ਼ੋਰਾਂ ਸ਼ੋਰਾਂ 'ਤੇ, ਤੁਹਾਨੂੰ ਪਹਿਲੇ ਆਹ ਦਿਖਾਉਣਾ ਲੱਗਦਾ ਹੈ ਜੀ, ਸਭ ਬਾਰਿਸ਼ ਹੋਣ ਲੱਗ ਪਈ ਕਿਤੇ। ਲਓ ਜੀ ਇਹ ਖੁਰਮ ਸ਼ਾਹ ਸਾਹਿਬ ਨੇ, ਮੇਰੇ ਦੋਸਤ ਚਨਿਓਟ, ਅਤੇ ਉਹਨਾਂ ਨੂੰ ਇਹਨਾਂ ਦੇ ਮੈਂ ਬੱਚੇ ਜਿਹੜੇ ਨੇ ਨਾ ਉਹ ਭੇਜੇ ਨੇ, ਹੋਰ ਨਿਕਲੇ ਨੇ ਬੱਚੇ ਇਹਨਾਂ ਦੇ। ਕਹਿ ਕਬੂਤਰੀ ਲੱਗੀ ਹੈ ਵੱਡੀ ਨਾਲ, ਇਹ ਮੇਰਾ 47 ਨੰਬਰ ਜੋੜਾ, ਅਸਲ ਵੱਡਾ ਪਿਓਰ ਸਲਾਰਾ ਵੱਡਾ ਕਬੂਤਰ, ਨਾਲ ਤਸਵੀਰ ਵਾਲੀ ਛੱਟਿਆਂ ਵਾਲੀ ਇੱਦਾਂ ਮਿਕਸ ਕਰਕੇ, ਇੱਕ ਮੱਗਰ ਮੀਆਂ ਨਜ਼ੀਰ ਦੇ ਬਲੱਡ ਲਾਈਨ ਦੀ ਮਾਤੀ। ਇਹ ਦੇਖੋ ਠੀਕ ਹੈ, ਇਹ ਬੱਚੇ ਦੋ ਪਲਾਈ ਠੀਕ ਹੈ ਜੀ, ਲਓ ਜੀ ਤੁਹਾਨੂੰ ਇੱਕ ਹੋਰ ਬੜੇ ਆਲਾ ਜੋੜੇ ਦਾ ਸ਼ੌਕ ਰਹਿਣਾ। ਇਹ ਗੋਲਡਨ ਕਬੂਤਰੀ ਮੇਰੀ ਬੜੀ ਆਲਾ ਕਬੂਤਰੀ ਹੈ, ਇਹ ਉੱਡੀ ਉੜਾਈ ਕਬੂਤਰੀ ਇੱਕ ਦੋਸਤ ਕੋਲੋਂ ਮੈਂ ਲਈ ਹੈ, ਨਵੀਦ ਬਾਈ 2.5x2 ਸਾਈਜ਼ ਹੈ ਕੇਜ ਦਾ। ਇਹ ਕਬੂਤਰ ਹੈ ਜੀ, ਦੇਖ ਬੱਚੇ ਨਿਕਲੇ, ਇਹਦੇ ਵਿੱਚ ਕਾਲਾ ਮੂੰਹ ਵਾਲਾ ਅਤੇ ਫਿਰੋਜ਼ਪੁਰੀ ਦੋ ਪਰ ਨੇ ਇਹਦੇ ਵਿੱਚ, ਇਸ ਕਬੂਤਰ ਦੇ ਇਹ ਜੋੜਾ ਲੱਗਾ ਬੱਚੇ, ਮਾਸ਼ਾਅੱਲਾ ਅੱਛੇ ਹੈ। ਇੱਕ ਜੋੜਾ ਹੋਰ ਲਗਾਇਆ ਤੁਹਾਨੂੰ ਦੁਕਾਨਾਂ ਥੱਲੇ, ਰੇੜੀ ਪੱਠਾ ਨਾਲ ਗੋਲਡਨ ਕਬੂਤਰੀ। ਇਹ ਮੇਰਾ 40 ਨੰਬਰ ਜੀ ਖੁਰਮ ਸ਼ਾਹ ਸਾਹਿਬ, ਇਹਨਾਂ ਦੇ ਹੁਣ ਬੱਚੇ ਜਿਹੜੇ ਨੇ ਨਾ ਤੁਹਾਨੂੰ ਭੇਜਣੇ ਨੇ ਫਿਰੋਜ਼ਪੁਰੀ ਜੋੜੇ ਦੇ, ਇਹ ਮੈਂ ਦਿੰਦਾ ਨਹੀਂ ਕਿਸੇ ਨੂੰ ਵੀ, ਸਿਰਫ ਤੁਹਾਨੂੰ ਜਿਹੜਾ ਨਾ ਦਿਖਾਉਣਾ ਹੈ ਨਹੀਂ ਡਿਵਾਈਸ ਭੇਜਣੇ ਨੇ। ਇਹ ਦੋ ਬੱਚੇ ਜਿਹੜੇ ਨੇ ਖੁਰਮ ਸ਼ਾਹ ਸਾਹਿਬ, ਤੁਹਾਨੂੰ ਇਨਸ਼ਾਅੱਲਾ ਤਾਲਾ ਤੁਸੀਂ ਕੱਲ੍ਹ ਮੁੰਬਈ ਨੂੰ ਭੇਜ ਦੇਣਾ, ਉਹ ਲੈ ਜਾਣ। ਲਓ ਜੀ ਦੋਸਤੋ ਇਹ ਡਿਵਾਈਸ ਦੇਖ ਲਓ, ਰੈੱਡ ਸਾਈਨ 'ਤੇ ਆ ਗਈ, ਬੈਟਰੀ ਇਹਦੀ ਲੋਅ ਹੈ,
ਇਹਨੇ ਹੁਣ ਸਾਨੂੰ ਜਵਾਬ ਦੇ ਦੇਣਾ। ਅਚਾਨਕ ਹੀ ਬਸ ਪ੍ਰੋਗਰਾਮ ਬਣ ਗਿਆ ਸੀ ਲਾਈਵ ਦਾ। ਬੱਚੇ ਦੇਖੋ ਕੈਸੇ ਨੇ, ਫਿਰੋਜ਼ਪੁਰੀ ਬੱਚੇ ਨੇ। ਅੱਗੇ ਹੋਰ ਬੱਚੇ ਦੋ ਨਿਕਲ ਆਏ ਨੇ। ਲਓ ਜੀ ਦੋਸਤੋ, ਬਹੁਤ ਦੁਆ ਗੋ ਅੱਲਾਹ ਤਾਲਾ ਦੀ ਜ਼ਾਤ ਸਾਰੇ ਮੁਸਲਮਾਨਾਂ ਨੂੰ, ਸਾਰੇ ਦੋਸਤਾਂ ਨੂੰ, ਭਾਈਆਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੋਂ, ਤਕਲੀਫ ਤੋਂ ਔਰ ਪਰੇਸ਼ਾਨੀ ਤੋਂ ਮਹਿਫੂਜ਼ ਰੱਖੇ। ਆਮੀਨ। ਅਤੇ